ਸਾਰਿਆਂ ਦਾ ਸਵਾਗਤ ਹੈ ਜੀ ਇਸ ਸਵੈਗ ਦੇਸੀ ਚੈਨਲ ਤੇ ਤੇ ਜਿੱਥੇ ਲੈ ਕੇ ਆਉਂਦੇ ਹਾਂ ਅਸੀਂ ਬਹੁਤ ਟੇਸਟੀ ਅਤੇ ਈਜ਼ੀ ਰੈਸਪੀ। ਸੋ ਤੁਸੀਂ ਘਰ ਵਿੱਚ ਆਸਾਨੀ ਨਾਲ ਬਣਾ ਲੈਂਦੇ ਹੋ। ਅਤੇ ਅੱਜ ਲੈ ਕੇ ਆਈ ਹਾਂ ਮੈਂ ਪਾਸਤਾ, ਉਹ ਵੀ ਵਾਈਟ ਸੌਸ ਵਾਲਾ, ਜੋ ਤੁਸੀਂ ਘਰ ਵਿੱਚ ਈਜ਼ੀਲੀ ਬਣਾ ਸਕਦੇ ਹੋ। ਸੋ ਕਿਵੇਂ ਬਣਦਾ ਹੈ ਇਹ ਦੇਖਦੇ ਹਾਂ, ਪਰ ਪਹਿਲਾਂ ਕਰ ਲਓ ਚੈਨਲ ਨੂੰ ਸਬਸਕ੍ਰਾਈਬ। ਚੈਨਲ ਹੈ ਜੀ ਸਵੈਗ ਦੇਸੀ। ਅਤੇ ਵੀਡੀਓ ਦੇਖ ਕੇ ਅਗਰ ਪਸੰਦ ਆਏ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਆਓ ਫਿਰ ਦੇਖਦੇ ਹਾਂ ਕਿਵੇਂ ਬਣਦਾ ਹੈ ਆਪਣਾ ਪਾਸਤਾ ਵਾਈਟ ਸੌਸ। ਸੋ ਪਾਸਤਾ ਦੇ ਲਈ ਜੋ ਪਹਿਲਾ ਸਟੈਪ ਹੈ ਉਹ ਹੈ ਜੀ ਪਾਣੀ। ਮੈਂ ਪੈਨ ਵਿੱਚ ਗਰਮ ਕਰਨ ਲਈ ਰੱਖ ਲਿਆ। ਇਸ ਵਿੱਚ ਪਾਵਾਂਗੀ ਥੋੜ੍ਹਾ ਜਿਹਾ ਓਇਲ। ਓਇਲ ਮੈਂ ਤਾਂ ਪਾ ਰਹੀ ਹਾਂ ਕਿ ਪਾਸਤਾ ਜੋ ਹੈ ਉਹ ਚਿਪਕੇ ਨਾ ਬਰਤਨ ਨੂੰ। ਅਤੇ ਨਾਲ ਹੀ ਪਾਵਾਂਗੀ ਥੋੜ੍ਹਾ ਜਿਹਾ ਨਮਕ। ਨਮਕ ਵੀ ਮੈਂ ਤਾਂ ਪਾ ਰਹੀ ਹਾਂ ਕਿਉਂਕਿ ਜੋ ਪਾਸਤਾ ਹੈ ਆਪਣਾ ਉਸ ਵਿੱਚ ਥੋੜ੍ਹਾ ਜੋ ਟੇਸਟ ਹੈ ਉਹ ਨਮਕ ਦਾ ਚਲਾ ਜਾਏ। ਕਈ ਵਾਰੀ ਇਹ ਹੁੰਦਾ ਕਿ ਆਪਣਾ ਜੋ ਪਾਸਤਾ ਹੁੰਦਾ ਉਹਦੇ ਵਿੱਚ ਨਮਕ ਤਾਂ ਹੁੰਦਾ, ਪਰ ਜਦੋਂ ਆਪਣੇ ਮੂੰਹ ਵਿੱਚ ਬਾਈਟ ਆਉਂਦਾ ਪਾਸਤਾ ਦਾ ਤਾਂ ਉਹ ਫਿੱਕਾ ਜਿਹਾ ਰਹਿੰਦਾ। ਸੋ ਹੁਣ ਆਪਾਂ ਪਾਵਾਂਗੇ ਇਸ ਵਿੱਚ ਇੱਕ ਬਾਰ ਪਾਸਤਾ ਦਾ। ਸੋ ਇਸ ਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਲਵਾਂਗੇ। ਹੁਣ ਇਸ ਨੂੰ ਆਏਗਾ ਜਦੋਂ ਚੰਗੀ ਤਰ੍ਹਾਂ ਬੋਇਲ ਹੋ ਜਾਏਗੀ ਤਾਂ ਅੱਗੇ ਕਰ ਲਿਆ ਆਪਾਂ ਆਪਣੀ ਪ੍ਰੈਪਰੇਸ਼ਨ ਪਾਸਤਾ ਦੀ। ਸੋ ਤੁਸੀਂ ਦੇਖ ਰਹੇ ਹੋ ਜਿਵੇਂ ਕਿ ਬੋਇਲ ਆ ਗਿਆ ਅਤੇ ਆਪਾਂ ਨੂੰ ਪਾਸਤਾ ਜੋ ਹੈ ਇੰਨਾ ਕੁ ਹੀ ਬੋਇਲ ਕੀਤਾ ਹੋਇਆ ਚਾਹੀਦਾ ਹੈ। ਥੋੜ੍ਹਾ ਕੱਚਾਪਨ ਇਸ ਵਿੱਚ ਆਪਾਂ ਨੂੰ ਚਾਹੀਦਾ ਹੈ। ਅਤੇ ਬਸ ਹੁਣ ਅੱਗੇ ਇਸ ਨੂੰ ਆਪਾਂ ਕਰਦੇ ਹਾਂ ਤਿਆਰ। ਸੋ ਤੜਕੇ ਦੇ ਲਈ ਸਭ ਤੋਂ ਪਹਿਲਾਂ ਜੋ ਆਪਾਂ ਨੂੰ ਚਾਹੀਦਾ ਹੈ ਉਹ ਹੈ ਜੀ ਲਸਣ। ਇੱਧਰ ਪੈਨ ਵਿੱਚ ਮੈਂ ਕੜਾਈ ਵਿੱਚ ਆਪਣਾ ਤੇਲ ਗਰਮ ਕਰ ਰਹੀ ਹਾਂ ਅਤੇ ਲਸਣ ਪਾ ਦਿੱਤਾ ਮੈਂ ਇਹਦੇ ਵਿੱਚ। ਲਸਣ ਦਾ ਆਪਣਾ ਜੋ ਕੱਚਾਪਨ ਹੈ ਉਹ ਹੀ ਦੂਰ ਕਰਨਾ ਹੈ। ਅਤੇ ਆਪਣੇ ਇਸਨੂੰ ਜ਼ਿਆਦਾ ਬਰਾਊਨ ਹੈ ਉਹਨਾਂ ਇਸਦੇ ਵਿੱਚ ਆਪਾਂ ਪਾਵਾਂਗੇ ਲੌਂਗ। ਜੋ ਲੌਂਗ ਹੈ ਉਹ ਜੋ ਸਿਹਤ ਲਈ ਹੈ ਬਹੁਤ ਅੱਛਾ ਹੁੰਦਾ ਹੈ, ਡਾਈਜੈਸਟਿਵ ਹੈ। ਸੋ ਲੌਂਗ ਪਾ ਕੇ ਲਸਣ ਪਾ ਦਿੱਤਾ। ਸੋ ਇਸ ਵਿੱਚ ਜਾਏਗਾ ਹੁਣ ਆਪਣਾ ਪਿਆਜ਼। ਆਪਣਾ ਜੋ ਪਿਆਜ਼ ਹੈ ਉਹ ਵੀ ਆਪਾਂ ਉਸਦਾ ਕੱਚਾਪਨ ਹੀ ਦੂਰ ਕਰਨਾ, ਉਹਨੂੰ ਜ਼ਿਆਦਾ ਬਰਾਊਨ ਨਹੀਂ ਹੋਣ ਦੇਣਾ। ਸੋ ਪਾਸਤਾ ਦੇ ਵਿੱਚ ਪਾਸਤਾ ਘੱਟ ਜਿੰਨਾ ਹੋਵੇ ਔਰ ਵੈਜੀਟੇਬਲ ਜ਼ਿਆਦਾ ਪਾਸਤਾ ਉਨਾ ਹੀ ਅੱਛਾ ਲੱਗਦਾ। ਸੋ ਆਪਣਾ ਪਿਆਜ਼ ਜਿਹੜਾ ਹੈ ਉਹ ਹੋ ਗਿਆ ਜੀ ਅਤੇ ਹੁਣ ਵਿੱਚ ਇਸ ਵਿੱਚ ਪਾਵਾਂਗੇ ਇੱਕ ਕੱਪ ਕੱਟੀ ਹੋਈ ਸਬਜ਼ੀ। ਗਾਜਰ ਨੂੰ ਆਪਾਂ ਥੋੜ੍ਹਾ ਜਿਹਾ ਸੌਫਟ ਕਰ ਲਾਂਗੇ। ਇਸ ਵਿੱਚ ਆਪਾਂ ਨਮਕ ਪਾਵਾਂਗੇ। ਨਮਕ ਪਾਉਣ ਦਾ ਫਾਇਦਾ ਤਾਂ ਵੀ ਹੈ ਕਿ ਜੋ ਆਪਣੀ ਗਾਜਰ ਹੈ ਉਹ ਜਲਦੀ ਆਪਣੀ ਪੱਕ ਜਾਏਗੀ। ਨਮਕ ਚ ਪਾਉਣਾ ਹੈ ਟੇਸਟ ਦੇ ਅਕੋਰਡਿੰਗ ਪਾਉਣਾ ਹੈ। Thank you.
ਹੁਣ ਇਸ ਵਿੱਚ ਆਪਾਂ ਪਾਵਾਂਗੇ ਕੈਪਸੀਕਮ ਜੋ ਮੈਂ ਮੋਟੀ ਮੋਟੀ ਕੱਟੀ ਹੈ, ਕਿਉਂਕਿ ਪਾਸਤਾ ਹੋਏ ਜਾਂ ਹੋਏ ਮੈਕਰੋਨੀ ਇਸ ਵਿੱਚ ਵੈਜੀਟੇਬਲਸ ਜੋ ਹੈ ਉਹ ਮੋਟੇ ਮੋਟੇ ਸਾਈਜ਼ ਵਿੱਚ ਕੱਟੇ ਹੀ ਅੱਛੇ ਲੱਗਦੇ ਨੇ। ਸੋ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਆਪਣੀ ਜੋ ਸ਼ਿਮਲਾ ਮਿਰਚ ਔਰ ਗਾਜਰ ਹੈ ਉਹ ਥੋੜ੍ਹਾ ਪੱਕਣਾ ਸ਼ੁਰੂ ਹੋ ਗਈ ਹੈ। ਸੋ ਹੁਣ ਆਪਾਂ ਇਸ ਵਿੱਚ ਪਾਵਾਂਗੇ ਕਾਲੀ ਮਿਰਚ। ਕਾਲੀ ਮਿਰਚ ਪਾਵਾਂਗੇ ਆਪਾਂ ਟੇਸਟ ਦੇ ਅਕੋਰਡਿੰਗ। ਮਸਾਲੇ ਕੁਛ ਖਾਸ ਨਹੀਂ ਪੈਂਦੇ ਪਰ ਪਾਸਤਾ ਬਣਦਾ ਬਹੁਤ ਲਾਜਵਾਬ ਹੈ। ਸੋ ਇਸ ਨੂੰ ਆਪਾਂ ਹੁਣ ਅੱਛੀ ਤਰ੍ਹਾਂ ਮਿਕਸ ਕਰ ਲਾਂਗੇ। ਸੋ ਆਪਾਂ ਹੁਣ ਇਸ ਵਿੱਚ ਪਾਵਾਂਗੇ ਦੁੱਧ। ਪਹਿਲਾਂ ਦੁੱਧ ਆਪਾਂ ਥੋੜ੍ਹਾ ਹੀ ਪਾਵਾਂਗੇ ਕਿਉਂਕਿ ਪਾਸਤਾ ਪਾ ਕੇ ਫੁੱਲਦਾ, ਅਤੇ ਜੇ ਲੋੜ ਹੋਈ ਤਾਂ ਫਿਰ ਹੋਰ ਦੁੱਧ ਪਾਵਾਂਗੇ। ਚੰਗੀ ਤਰ੍ਹਾਂ ਹਿਲਾ ਕੇ ਇਸਨੂੰ ਇਸ ਵਿੱਚ ਹੁਣ ਪਾਵਾਂਗੇ ਆਪਾਂ ਪਾਸਤਾ ਜੋ ਆਪਾਂ ਪਹਿਲਾਂ ਹੀ ਬੋਇਲ ਕਰ ਲਿਆ ਸੀ। ਸੋ ਇਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਮਿਕਸ ਹੋ ਰਿਹਾ ਜੀ, ਇਹ ਆਪਾਂ ਨੂੰ ਹਾਲੇ ਦੁੱਧ ਹੀ ਪਾਉਣ ਦੀ ਲੋੜ ਹੈ ਵਿੱਚ। ਇੱਕ ਵਾਰੀ ਮਿਕਸ ਕਰਕੇ ਚੰਗੀ ਤਰ੍ਹਾਂ ਫਿਰ ਇਹਦੇ ਵਿੱਚ ਆਪਾਂ ਪਾਵਾਂਗੇ ਦੁੱਧ। ਹੁਣ ਇਸਨੂੰ ਆਪਾਂ ਇੱਕ ਬੋਇਲ ਆਉਣ ਤੱਕ ਵੇਟ ਕਰਾਂਗੇ। ਸੋ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਦੁੱਧ ਨੂੰ ਬੋਇਲ ਆ ਗਿਆ, ਅਤੇ ਇੱਥੇ ਆਪਾਂ ਪਾਵਾਂਗੇ ਹੁਣ ਇਸ ਵਿੱਚ ਚੀਜ਼। ਪ੍ਰੋਸੈਸ ਚੀਜ਼ ਮੈਂ ਯੂਜ਼ ਕਰ ਰਹੀ ਹਾਂ। ਪਾਸਤਾ ਦੀ ਜੋ ਸੌਸ ਹੈ ਉਸਨੂੰ ਗਾੜਾ ਕਰਨ ਲਈ ਕਈ ਲੋਕ ਨਾ ਪਾਉਂਦੇ ਨੇ ਮੈਦਾ ਘੋਲ ਕੇ ਦੁੱਧ ਵਿੱਚ, ਉਸਦਾ ਟੇਸਟ ਹੈ ਜੋ ਅੱਛਾ ਨਹੀਂ ਲੱਗਦਾ, ਇਸ ਲਈ ਆਪਾਂ ਘੋਲਿਆ ਜੀ ਕੌਰਨ ਫਲਾਰ ਥੋੜ੍ਹੇ ਜਿਹੇ ਦੁੱਧ ਵਿੱਚ ਜੋ ਆਪਾਂ ਪਾਵਾਂਗੇ।
कॉर्नफ्लावर अपना जो पास्ता है वो इकट्ठा कर देना। तो सानू थिक ग्रेवी चाहिए है सॉस की। हम आप पावे दुध में घोल के थोड़ा जहा जो मैं कॉर्नफ्लावर का घोल बनाया वो हम आप पावे इस तो इसमें चंगी तरह आप मिक्स कर लेंगे। तुम देख रहे हो कि अपनी जी वाइट सॉस है वो अपनी थिक हो रही है। ते बस एक बारी एक दो बार उबाला हो रहा है अपना जो पास्ता है वो रेडी है।